ਸਾਨੂੰ ਜਿੱਥੇ ਨਾਮ ਦੀ ਦਾਤ ਬਖਸ਼ਿਸ਼ ਕਰਨੀ ਹੈ, ਤੁਹਾਨੂੰ ਨਾਮ ਦੀਆਂ ਦਾਤਾਂ ਦੀਆਂ ਚੋਲੀਆਂ ਬਖਸ਼ਿਸ਼ ਕਰਨੀਆਂ। ਇਹ ਹਉਮੈ ਦਾ ਜੋ ਕੀੜਾ ਸਤਿਗੁਰੂ ਜੀ ਨੇ ਮਾਰਨਾ ਹੈ, ਹੋਰ ਕੋਈ ਨਹੀਂ ਮਾਰ ਸਕਦਾ। ਸੋ ਗੁਰੂ ਕਿਰਪਾ ਕਰੇ, ਕਬੀਰ ਸਾਹਿਬ ਜੀ ਹੁਕਮ ਕਰ ਰਹੇ ਸਨ, ਕਬੀਰ ਹੱਜ ਕਰਦੇ ਹੋ ਜਾਏ ਤਾਂ ਆਗੇ ਮਿਲਿਆ ਖੁਦਾਏ, ਸਾਈ ਮੁਝ ਮੈਂ ਕਿਆ ਕਰਤਾ। ਇਹ ਸ਼ਬਦ ਆਪ ਜੀ ਸਰਵਨ ਕਰੋਗੇ, ਸੋ ਆਓ ਪਿਆਰ ਸਤਿਕਾਰ। ਸਾਈ ਮੁਝ ਮੈਂ ਕਿਆ ਖਤਾ, ਸਾਈ ਮੁਝ ਮੈਂ ਕਿਆ ਖਤਾ, ਸਾਈ ਮੁਝ ਮੈਂ ਕਿਆ ਸਾਈ ਮੁਝ ਮੈਂ ਕਿਆ ਕਰਤਾ।
ਬੇਅੰਤ ਗਲਤੀਆਂ ਤੁੱਟੀਆਂ ਹੋ ਜਾਂਦੀਆਂ ਨੇ। ਸਤਿਗੁਰੂ ਜੀ ਬਖਸ਼ਣ ਸਾਰੇ ਨੇ ਸਾਡੀਆਂ ਤੁਹਾਡੀਆਂ ਸਾਰਿਆਂ ਦੇ ਬੋਲਾਂ ਨਾ ਚਤਾ ਦੇ ਸਾਰੀ ਸੰਗਤ ਨੂੰ ਗੁਰਸਿੱਖੀ ਜੀਵਨ ਨਾਮ ਦਾਨ ਦੀ ਦਾਤ ਬਖਸ਼ਿਸ਼ ਕਰਨ ਸੋਗਾਂ ਜਗਤ ਕੇ ਫਤਿਹ ਬੁਲਾਈ ਸਾਰੀ ਸੰਗਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਜੀ ਦੀ ਅਗਾਤ ਬੋਧ ਬਾਣੀ ਦਾ ਅੰਮ੍ਰਿਤ ਵੇਖ ਕੇ ਆਪ ਜੀ ਭਾਈ ਸਾਹਿਬ ਜੀ ਪਾਸੋਂ ਸਰਵਣ ਕਰਦੇ ਸੋ ਗੁਰੂ ਦੀ ਕਿਰਪਾ ਗੁਰੂ ਦੀ ਅਸੀਸ ਸਦਕਾ ਇਹੋ ਜਿਹੇ ਗੁਰਮਤਿ ਸਮਾਗਮ ਉਲੀਕੇ ਜਾਂਦੇ ਨੇ। ਸੋ ਜਿੰਨਾ ਵੀ ਸਮਾਂ ਆਪਾਂ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬੈਠਣਾ ਹੈ, ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਕਰਕੇ ਸਤਿਗੁਰੂ ਜੀ ਦੇ ਦਰਸ਼ਨ ਦਾਰੇ ਆਪਾਂ ਗੁਰੂ ਸ਼ਬਦ ਵਿੱਚੋਂ ਹਾਸਲ ਕਰਨੇ ਨੇ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਅਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਆਪਾਂ ਆਗਮਨ ਪੁਰਖ ਦੀਆਂ ਖੁਸ਼ੀਆਂ ਸਾਂਝੀਆਂ ਕਰਨੀਆਂ ਨੇ ਅਤੇ ਇਹ ਖੁਸ਼ੀਆਂ ਆਪਾਂ ਸਤਿਗੁਰੂ ਜੀ ਦੀ ਬਾਣੀ ਵਿੱਚੋਂ ਅੰਤਰ ਧਿਆਨ ਹੋ ਕੇ ਸਤਿਗੁਰੂ ਜੀ ਦੇ ਸ਼ਬਦ ਦੇ ਨਾਲ ਜੁੜ ਕਰਕੇ ਸਤਿਗੁਰੂ ਜੀ ਦੇ ਦਰਸ਼ਨ ਦਾਰੇ ਸ਼ਬਦ ਰੂਪ ਵਿੱਚ ਕਰਕੇ ਪ੍ਰਾਪਤ ਕਰਨੀਆਂ ਨੇ। ਸੁਆਵ ਕੋਈ ਵੀ ਰਚਨਾ ਵਾਂਝੀ ਨਾ ਰਹੇ, ਜਿਤਨੀ ਵੀ ਸੰਗਤ ਜੁੜ ਬੈਠੀ ਹੈ ਰਲ ਕੇ ਆਪਾਂ ਸੰਗਤੀ ਰੂਪ ਵਿੱਚ ਸਤਿਗੁਰੂ ਜੀ ਦੇ ਗੁਣਗਾਣ ਕਰਾਂਗੇ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾਂ ਮੈਂ ਨਾ ਹੀ ਹੋਰ। ਕੋਈ ਵੀ ਰਚਨਾ ਵਾਂਝੀ ਨਾ ਰਹੇ, ਪਿਆਰ ਸਰਕਾਰ ਦੇ ਨਾਲ ਸਾਰੀ ਸੰਗਤ ਰਲ ਕੇ ਸਤਿਗੁਰੂ ਦੀ ਕੀਰਤੀ ਕਰੀਏ ਜੀ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਗੁਰੂ ਜੇ ਗੁਰੂ ਬਿਨ
मन मो गुरु 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 गुर कर मन मो गुरु 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 बिना गुरु बिना मैं नाही हो 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 गुरु बिना मैं गुरु की नेक रहो दिन रात गुरु की नेक रहो गुरु की नेक रहो दिन रात गुरु की जाकी जाकी कोई ना मेटे दाद गुर परमेश्वर ने को जान गुर परमेश्वर गुर परमेश्वर ने को जान जो जिस भावे सो Oh, baby.
Yeah.
अपना शिकार में
अविनाशी हर कौन नानक जात पूरे भाग गुरु चरणी आका मन लाग गुरु चरणी आका मन लाग गुरु चरणी आका ਦੱਸਦੇ ਸਨ ਵੀ ਬੜੇ ਵਧੀਆ ਕੀਰਤਨੀਏ ਸੰਗਤ ਵਿੱਚ ਬੈਠੀਆਂ ਬੜੀਆਂ ਰੂਹਾਂ ਜੋ ਗੁਰਬਾਣੀ ਦੇ ਨਾਲ ਜੁੜੀਆਂ ਤੇ ਜਦੋਂ ਆਪਾਂ ਸ਼ਬਦ ਪੜ੍ਹਦੇ ਸੀ ਤਾਂ ਬੜੀ ਆਵਾਜ਼ ਗੁਰੂ ਸ਼ਬਦ ਆ ਰਹੇ ਸੀ ਬੜੀ ਕਿਰਪਾ ਸਤਿਗੁਰੂ ਜੀ ਦੀ ਸੋ ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਹੀ ਆਪ ਦੇ ਸਰਵ ਸੰਗਤ ਤੇ ਸਤਿਗੁਰੂ ਮਿਹਰ ਕਰਦੇ ਰਹੇ ਸਤਿਗੁਰੂ ਜੀ ਦੇ ਗੁਣਗਾਨ ਕਰਨ ਦੀ ਸਮਰੱਥਾ ਸਤਿਗੁਰੂ ਜੀ ਬਖਸ਼ਿਸ਼ ਕਰਦੇ ਰਹਿਣ ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ ਸਦਾ ਸਦਾ ਜਪੀ ਤੇਰਾ ਨਾਮ ਸਤਿਗੁਰੂ ਪਾਏ ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ ਸੋ ਜਸ ਤੇਰਾ ਗਾਣ ਜਿਹਨਾਂ ਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਰਹਿਮਤਾਂ ਕਰਦੇ ਨੇ ਉਹੀ ਬਾਣੀ ਦੇ ਨਾਲ ਜੁੜ ਕੇ ਸਤਿਗੁਰੂ ਜੀ ਦੀ ਵਡਿਆਈ ਕਰਨ ਦਾ ਸੁਭਾਗ ਸਮਾਂ ਹਾਸਲ ਕਰਦੇ ਸੋ ਆਓ ਗੁਰੂ ਤੇਗ ਬਹਾਦਰ ਮਹਾਰਾਜ ਦਾ ਪਾਵਨ ਬਚਨ ਆਪਾਂ ਸਾਰੇ ਜਣੇ ਰਲ ਕੇ ਗਾਇਨ ਕਰੀਏ ਜੀ ਸਾਧੂ ਮਨ ਕਾ ਮਾਨ ਤਿਆਗ ਸਾਧੂ ਮਨ ਕਾ ਮਾਨ ਤਿਆਗ Oh,
ਮੁਕਤ ਦੁਰਧਨ ਤਾਤੇ ਅਹਿਨ ਸਭਾ ਕੋ
ਅਰਸ਼ ਪਿਆ ਮੈਂ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹੈ। ਇਹ ਗੁਰੂ ਨਾਨਕ ਦਾ ਦਰ ਐਸਾ ਹੈ ਜਿੱਥੇ ਜੇ ਅਸੀਂ ਸਤਿਗੁਰ ਦੇ ਦਰਸ਼ਨ ਦੀਦਾਰੇ ਕਰਨੇ ਨੇ ਤੇ ਸਾਨੂੰ ਆਪਣੇ ਅੰਦਰ ਦਾ ਪਹਿਲਾ ਹੰਕਾਰ ਖਤਮ ਕਰਨਾ ਪੈਣਾ, ਆਪਣੇ ਆਪ ਨੂੰ ਇੱਕ ਮਿੱਟੀ ਦੀ ਨਿਆਈ ਸਮਝਣਾ ਪੈਣਾ। ਮਾਫ ਕਰਨਾ, ਅਸੀਂ ਤਾਂ ਐਸੇ ਹੋ ਗਏ ਹਾਂ ਵੀ ਜੇ ਲੰਗਰ ਦੀ ਸੇਵਾ ਵੀ ਕਰ ਰਹੇ ਹਾਂ ਤਾਂ ਆਸੇ ਪਾਸੇ ਨਿਗਾਹ ਮਾਰਦਿਆਂ ਵੀ ਕੋਈ ਸਾਡੀ ਸੇਵਾ ਦੇਖ ਲਵੇ ਤਾਂ ਚੰਗੀ ਗੱਲ ਹੈ, ਵੀ ਇਹ ਕਹੇਗਾ ਵੀ ਬੜੀ ਸੇਵਾ ਕਰਦਾ ਗੁਰੂ ਸਾਹਿਬ। ਇਹ ਗੁਰੂ ਨਾਨਕ ਦਾ ਦਰ ਐਸਾ ਹੈ, ਇਹ ਸੇਵਾ ਐਸੀ ਹੋਣੀ ਚਾਹੀਦੀ ਹੈ ਵੀ ਸੇਵਾ ਦੇ ਵਿੱਚ ਇਤਨਾ ਘੁਲ ਮਿਲ ਜਾਵੇ ਕਿ ਪਤਾ ਹੀ ਨਾ ਲੱਗੇ ਵੀ ਕੀ ਕਰਦਾ। ਸਤਿਗੁਰੂ ਜੀ ਦੇ ਦਰਸ਼ਨ ਸੇਵਾ ਵਿੱਚੋਂ ਸ਼ਬਦ ਵਿੱਚੋਂ ਹਾਸਲ ਹੋਣ, ਗੁਰੂ ਕਿਰਪਾ ਕਰੇ। ਇਹ ਗੱਲਾਂ ਕਹਿਣੀਆਂ ਬੜੀਆਂ ਸੌਖੀਆਂ ਨੇ, ਮੈਂ ਵੀ ਸਟੇਜ ਤੇ ਇਹ ਕਹਿ ਰਿਹਾ, ਪਰ ਕਮਾਉਣੀਆਂ ਬੜੀਆਂ ਔਖੀਆਂ ਤੇ ਕਮਾਈਆਂ ਇਸ ਤਰ੍ਹਾਂ ਜਾਣੀਆਂ ਨੇ। ਇਸੇ ਤਰ੍ਹਾਂ ਹੀ ਸੰਗਤ ਰੂਪ ਵਿੱਚ ਸਾਡੀਆਂ ਤੁਹਾਡੀਆਂ ਅਰਦਾਸਾਂ ਸਤਿਗੁਰੂ ਜੀ ਨੇ ਸੰਗਤ ਰੂਪ ਵਿੱਚ ਪ੍ਰਵਾਨ ਕਰਨੀਆਂ, ਸਾਨੂੰ ਜਿੱਥੇ ਨਾਮ ਦੀ ਦਾਤ ਬਖਸ਼ਿਸ਼ ਕਰਨੀਆਂ, ਤੁਹਾਨੂੰ ਨਾਮ ਦੀਆਂ ਦਾਤਾਂ ਦੀਆਂ ਝੋਲੀਆਂ ਬਖਸ਼ਿਸ਼ ਕਰਨੀਆਂ। ਇਹ ਹਉਮੈ ਦਾ ਜੋ ਕੀੜਾ ਸਤਿਗੁਰੂ ਜੀ ਨੇ ਮਾਰਨਾ, ਹੋਰ ਕੋਈ ਨਹੀਂ ਮਾਰ ਸਕਦਾ। ਗੁਰੂ ਕਿਰਪਾ ਕਰੇ, ਕਬੀਰ ਸਾਹਿਬ ਜੀ ਹੁਕਮ ਕਰਦੇ ਸਨ, ਕਬੀਰ ਹੱਜ ਕਰਦੇ ਹੋ ਜਾਏ ਤਾਂ ਆਗੇ ਮਿਲਿਆ ਖੁਦਾਏ, ਸਾਈ ਮੁਝ ਮੈਂ ਕਿਆ ਕਰਤਾ। ਇਹ ਸ਼ਬਦ ਆਪ ਜੀ ਸਰਵਨ ਕਰੋਗੇ ਸੁਭਾਵ ਪਿਆਰ ਸਤਾਰ ਦਾ। ਸਾਈ ਮੁਝ ਮੈਂ ਕਿਆ ਕਰਤਾ, ਸਾਈ ਮੁਝ ਮੈਂ ਕਿਆ ਕਰਤਾ, ਸਾਈ ਮੁਝ ਮੈਂ ਕਿਆ ਕਰਤਾ।
ਸਤਿਗੁਰ ਜੀ ਬਖਸ਼ਣ ਸਾਰੇ ਨੇ ਸਾਡੀਆਂ ਤੁਹਾਡੀਆਂ ਸਾਰਿਆਂ ਦੇ ਬੋਲਾਂ ਨਾਲ ਚਤਾਰ ਦੇ ਸਾਰੀ ਸੰਗਤ ਨੂੰ ਗੁਰਸਿੱਖੀ ਜੀਵਨ ਨਾਮ ਦਾਨ ਦੀ ਦਾਤ ਬਖਸ਼ਿਸ਼ ਕਰਨ ਸੋਗਾਂ ਜਗਤ ਕੇ ਪਤੇ ਬੁਲਾਈ ਆਈ ਹੈ ਸਾਰੀ ਸੰਗਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਰਾਮਕ ਦੀ ਮਹਲਾ ਤੀਜਾ ਆਨੰਦ ਕੁਆਕਾਰ ਸਤਿ ਪ੍ਰਸਾਦ ਆਨੰਦ ਪਿਆ ਮੇਰੇ Oh,
दर्शन को तेरे दर्शन को जाई बलिहार I'm the
ਭਾਈ ਸਾਹਿਬ ਭਾਈ ਗੁਰਚੇਤਨ ਸਿੰਘ ਜੀ ਅੱਜ ਦੇ ਵਿਸ਼ੇ ਵਿੱਚ ਸਾਡੀਆਂ ਬੀਬੀਆਂ ਭੈਣਾਂ ਦੀ ਸਿੱਖ ਇਤਿਹਾਸ ਵਿੱਚ ਜਗ੍ਹਾ ਸਤਿਗੁਰੂ ਜੀ ਨੇ ਸਾਨੂੰ ਦੱਸੀ ਹੈ ਉਸ ਬਾਰੇ ਜਾਣੂ ਕਰਾਇਆ ਅਤੇ ਉਸੇ ਸੰਬੰਧ ਵਿੱਚ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਪਿਆਰਾ ਬਚਨ ਜੋ ਅਕਸਰ ਆਪਾਂ ਆਸਾ ਦੀ ਵਾਰ ਵਿੱਚ ਸੁਣਦੇ ਹਾਂ ਭੰਡ ਮੂਆ ਭੰਡ ਭਾਲੀ ਹੈ ਭੰਡ ਹੋਇਆ ਮੰਦਾਨ ਸੋ ਕਿਉਂ ਮੰਦਾ ਆਖੀਆ ਜਿੱਤ ਜੰਮੇ ਰਾਜਾ ਸਤਿਗੁਰੂ ਜੀ ਦੇ ਬਚਨਾਂ ਨੂੰ ਆਪਾਂ ਗਾ ਕਰਕੇ ਸਤਿਗੁਰੂ ਜੀ ਦੀਆਂ ਬਖਸ਼ਿਸ਼ ਹਾਸਲ ਕਰੀਏ ਜੀ ਕੋਈ ਵੀ ਰਸਨਾ ਬਾਜੀ ਨਾ ਰਹੇ ਸਾਰੀ ਸੰਗਤ ਰਲ ਕੇ ਗਾਈਏ ਜੀ ਪਿਆਰ ਸਤਿਕਾਰ
Thank you.
ਜਿਸ ਨੂੰ ਬਖਸ਼ ਲੈ ਮੇਰੇ